ਇੱਕ ਬਾਬਾ ਅਕਾਲ ਰੂਪ ਦੂਜਾ ਰਬ ਬੀ ਰਬ ਬੀ ਮਰਦਾ ਸਾਰੇ ਜੀਵ ਬਣਾਏ ਨੇ ਜਗਤ ਗੁਰੂ ਬਾਬਾ ਜੀ ਕਹਿੰਦੇ ਤਾਂ ਸਾਰੇ ਜੀਵਾਂ ਵਿੱਚ ਪਰਮਾਤਮਾ ਨੇ ਹੀ ਪ੍ਰਾਣ ਸਵਾਸ ਟਿਕਾਏ ਹਨ ਅਤੇ ਸਭ ਜੀਵਾਂ ਦਾ ਪਿਤਾ ਵੀ ਇੱਕ ਹੀ ਹੈ ਉਹ ਭਾਵੇਂ ਹਿੰਦੂ ਹੈ ਭਾਵੇਂ ਸਨਾਤਨੀ ਇਸਲਾਮ ਨੂੰ ਮੰਨਣ ਵਾਲਾ ਕੋਈ ਮੁਸਲਮਾਨ ਵੀਰ ਹੋਵੇ ਇਹ ਸਾਰੇ ਦੇ ਸਾਰੇ ਕਿਹਦੇ ਸਾਜੇ ਹੋਏ ਨਿਵਾਜੇ ਹਨ ਇੱਕ ਪਰਮਾਤਮਾ ਦੇ ਸਭ ਦਾ ਮਾਲਕ ਇੱਕ ਹੈ ਸਭ ਦਾ ਪਾਲਕ ਇੱਕ ਹੈ ਸਭ ਦੀ ਲਹਿਤਾ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਕਰਨੀ ਹੈ ਭਲਾ ਕੋਈ ਪਿਤਾ ਜਿਹਨੇ ਸਾਜਿਆ ਨਵਾਜਿਆ ਜਿਹਦੀ ਔਲਾਦ ਕੀ ਇਹ ਸੰਭਵ ਹੈ ਕਿ ਉਹਦੀ ਹੱਤਿਆ ਤੋਂ ਕਿੰਨਾ ਕੁ ਖੁਸ਼ ਹੁੰਦਾ ਹੋਊਗਾ ਜਿਸ ਮਾਲਕ ਦੀ ਕਾਲ ਪੁਰਖ ਵਾਹਿਗੁਰੂ ਜੀ ਦੀ ਸਾਜੀ ਨਿਵਾਜੀ ਸਾਰੀ ਸ੍ਰਿਸ਼ਟੀ ਜਿਨ੍ਹਾਂ ਦੇ ਆਪਾਂ ਸਭ ਧੀ ਪੁੱਤਰ ਹੈ ਔਲਾਦ ਦੀ ਹੱਤਿਆ ਹੋ ਰਹੀ ਹੋਵੇ ਤਾਂ ਪਿਓ ਕਿੰਨਾ ਕੁ ਖੁਸ਼ ਹੁੰਦਾ ਹੋਊਗਾ ਇਸ ਗੱਲ ਦਾ ਕਿਸੇ ਨੇ ਜਵਾਬ ਨਹੀਂ ਦੇਣਾ ਹੋ ਸਕਦਾ ਵੀ ਇਹ ਆਪਾਂ ਪਾਪ ਇੰਨਾ ਕੁ ਕਰ ਰਿਹਾ ਜ਼ਹਿਰ ਦੀ ਨਿਆਈ ਦੁਖਦਾਈ ਕਹਿਰ ਹੈ ਇਸ ਲਈ ਹਜ਼ੂਰ ਪਾਤਸ਼ਾਹ ਜੀ ਦਾ ਲਾਹੌਰ ਸੈਰ ਜ਼ਹਿਰ ਕਹਿਰ ਸਵਾ ਪੈਰ ਵਾਲੇ ਪਾਵਨ ਬਚਨ ਜੋ ਆਪਾਂ ਵਿਚਾਰਦੇ ਹਾਂ ਸਤਿਗੁਰਾਂ ਦੇ ਇਹਨਾਂ ਬਚਨਾਂ ਤੋਂ ਸਮਝਦਾਰ ਲੋਕ ਇਹਦਾ ਲਾਹਾ ਪ੍ਰਾਪਤ ਕਰ ਲੈਂਦੇ ਹਨ ਜਿਨ੍ਹਾਂ ਨੂੰ ਨਹੀਂ ਸਮਝ ਉਹ ਕੁਝ ਬੇਸਮਝ ਦੀ ਵਜ੍ਹਾ ਕਾਰਨ ਕੁਝ ਐਸੇ ਕਰਮ ਕਰੀ ਜਾ ਰਹੇ ਹਨ ਕਰ ਬੈਠਦੇ ਹਨ ਜਾਂ ਕਰਨ ਦਾ ਉਹਨਾਂ ਦਾ ਇਰਾਦਾ ਬਣਿਆ ਹੁੰਦਾ ਹੈ ਜਿਹੜੇ ਕੁਦਰਤ ਦੇ ਬਣਾਏ ਹੋਏ ਇਸ ਖੇਲ ਪਸਾਰੇ ਦੇ ਮੁਤਾਬਕ ਇਖਲਾਕੀ ਤੌਰ 'ਤੇ ਵੀ ਚੰਗੇ ਨਹੀਂ ਹੁੰਦੇ ਸੋ ਸਤਿਗੁਰੂ ਆਪਣੇ ਮੁਬਾਰਕ ਵਚਨਾਂ ਦੁਆਰਾ ਹਰ ਇੱਕ ਥਾਂ 'ਤੇ ਸੱਚ ਦਾ ਹੀ ਗਿਆਨ ਦ੍ਰਿੜ ਕਰਾਉਂਦੇ ਸਨ ਆਓ ਗੁਰਦੇਵ ਜੀ ਨੇ ਜਿੱਥੇ ਕਿਤੇ ਹੋਰ ਲੋਕ ਜਿਨ੍ਹਾਂ ਵਿੱਚ ਦਾਨੇ ਭਾਵੇਂ ਪ੍ਰਦਾਨੇ ਆਪਾਂ ਪਿੱਛੇ ਵਿਚਾਰ ਕਰਕੇ ਆਏ ਹਾਂ ਮਲਕ ਭਾਗੋ ਦੇ ਮਾਲਪੂੜੇ ਮਲਕ ਭਾਗੋ ਦਾ ਪਕਵਾਨ ਸਤਿਗੁਰਾਂ ਨੇ ਕਿਉਂ ਨਹੀਂ ਸੀ ਛਕਿਆ ਅਤੇ ਭਾਈ ਲਾਲੋ ਦੇ ਘਰ ਦਾ ਖੁਸ਼ਕ ਸੱਚੀ ਸੁੱਚੀ ਕਿਰਤ ਕਮਾਈ ਵਰਗਾ ਭੋਜਨ ਛਕ ਕੇ ਸਤਿਗੁਰਾਂ ਨੇ ਮਲਕ ਭਾਗੋ ਨੂੰ ਕਿੰਨਾ ਗਿਆਨ ਦ੍ਰਿੜ ਕਰਵਾਇਆ ਉਸ ਵਕਤ ਦਾ ਜਿਹੜਾ ਮੌਕੇ ਦਾ ਹਾਕਮ ਸੀ ਨਵਾਬ ਜ਼ਾਲਮ ਖਾਨ ਇੱਥੇ ਸਤਿਗੁਰੂ ਰੁਕੇ ਹੋਏ ਸਨ ਸੈਦਪੁਰੇ ਗੁਰਦੇਵ ਜੀ ਦਾ ਆਉਣ ਜਾਣ ਸੰਗਤ ਬੜੀ ਭਾਰੀ ਗਿਣਤੀ ਵਿੱਚ ਰੋਜ਼ ਹਜ਼ੂਰ ਦੇ ਦਰਸ਼ਨ ਦੀਦਾਰ ਕਰਦੀ ਕੋਈ ਬਚਨ ਸੁਣ ਲਈ ਆ ਜਾਂਦਾ ਰੋਜ਼ ਕਥਾ ਪ੍ਰਸੰਗ ਹੁੰਦਾ ਸੀ ਸਬੱਬੀ ਕੀ ਹੋਇਆ ਨਵਾਬ ਦੇ ਬੇਟੇ ਦਾ ਬਿਮਾਰ ਹੋਣਾ ਹਰ ਤਰ੍ਹਾਂ ਦੇ ਵੈਦਾਂ ਹਕੀਮਾਂ ਪਾਸੋਂ ਦਵਾ ਬੂਟੀ ਦਾ ਇਸਤੇਮਾਲ ਵੀ ਹੋਇਆ ਕੋਈ ਵੀ ਤੰਦਰੁਸਤੀ ਦਾ ਸਬੱਬ ਨਹੀਂ ਸੀ ਵਿਖਾਈ ਦੇ ਰਿਹਾ ਸਭ ਹੈਰਾਨ ਵੀ ਨੇ ਪਰੇਸ਼ਾਨ ਵੀ ਨੇ ਦੁਖੀ ਸਨ ਕਿ ਨਵਾਬ ਦਾ ਬੇਟਾ ਵੀ ਹੈ ਉਹ ਵੀ ਇਕਲੌਤਾ ਨਵਾਬ ਭਾਵੇਂ ਚੰਗਾ ਭਾਵੇਂ ਮਾੜਾ ਪਰ ਸਭ ਨੂੰ ਪੁੱਤਰ ਮੋਹ ਇੱਕ ਐਸੀ ਚੀਜ਼ ਹੈ ਇਹਦੇ ਲਈ ਵਿਅਕਤੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਪੁੱਤਰ ਦਾ ਮੋਹ ਅਨੇਕ ਤਰ੍ਹਾਂ ਦੇ ਉਪਚਾਰ ਇਲਾਜ ਓੜ ਪੋੜ ਦਵਾ ਬੂਟੀ ਕੀ ਸਭ ਕੁਝ ਕਰਨ ਤੋਂ ਬਾਅਦ ਜੋ ਉਹਨਾਂ ਦੇ ਕਈ ਧਾਰਮਿਕ ਰੋ ਰੀਤਾਂ ਕਰਮ ਕਾਂਡ ਸਨ ਉਹ ਵੀ ਕੀਤੇ ਕਰਵਾਏ ਪਰ ਠੀਕ ਨਾ ਹੋਇਆ ਹਕੀਮਾਂ ਨੇ ਨਵਾਬ ਸਾਹਿਬ ਨੂੰ ਹੱਥ ਜੋੜ ਕੇ ਜਵਾਬ ਦਿੱਤਾ ਵੀ ਇਹ ਸਾਡੇ ਵੱਸ ਦੀ ਗੱਲ ਨਹੀਂ ਪਰ ਅਸੀਂ ਇੱਕ ਗੱਲ ਤੁਹਾਨੂੰ ਕਹੀਏ ਜੇ ਹੋ ਸਕਦਾ ਵੀ ਹੁਣ ਦਵਾ ਦਾਰੂ ਦੀ ਥਾਂ 'ਤੇ ਅੱਲਾ ਦੇ ਕਰਮ 'ਤੇ ਕੋਈ ਦੁਆ ਐਸੀ ਕੋਸ਼ਿਸ਼ ਕਰੋ ਜਵੇ ਅਸੀਂ ਸਭ ਕੁਝ ਆਪਣਾ ਇੰਤਜ਼ਾਮ ਸਭ ਕੁਝ ਜੋ ਕੁਝ ਵੀ ਸਾਡੇ ਪਾਸ ਗਿਆਨ ਸੀ ਚਿਕਿਤਸਾ ਦਾ ਵੈਦਗਿਰੀ ਦਾ ਅਸੀਂ ਸਭ ਕੁਝ ਕਰ ਚੁੱਕੇ ਹਾਂ ਹੁਣ ਸੰਭਾਵਨਾ ਘੱਟ ਹੈ ਕੋਈ ਇਬਾਦਤ ਕਰੋ ਜਾਂ ਕਰਵਾਓ ਖੁਦਾ ਦੇ ਨਾਂ 'ਤੇ ਕੋਈ ਐਸਾ ਕਰਮ ਐਸਾ ਕੁਝ ਕਰੋ ਜਿਸ ਦੁਆਰਾ ਸ਼ਾਇਦ ਕਿਸੇ ਦੀ ਦੁਆ ਕਰਕੇ ਤੁਹਾਡਾ ਬਾਲਕ ਠੀਕ ਹੋ ਸਕਦਾ ਅੱਗੇ ਗੱਲ ਚੱਲਦੀ ਚੱਲਦੀ ਫੈਸਲਾ ਹੋਇਆ ਜਿਹੜੇ ਮੁਕਾਮੀ ਪੀਰ ਕਹਿੰਦੇ ਕਹਾਉਂਦੇ ਫਕੀਰ ਕਾਮਲ
ਸੰਭਾਵਨਾ ਸਾਡੀ ਵੀ ਆਪ ਦੇ ਫਰਜੰਦ ਨੂੰ ਆਪ ਦੇ ਸਪੁੱਤਰ ਨੂੰ ਤੰਦਰੁਸਤ ਕਰ ਸਕਦੇ ਹੋ ਉਹਨਾਂ ਦੀਆਂ ਦੁਆਵਾਂ। ਬਹੁਤ ਵਾਰੀ ਅਸੀਂ ਇਹੋ ਜਿਹੇ ਲੋਕ ਵੇਖੇ ਨੇ ਜਿਹੜੇ ਦਵਾ ਨਾਲ ਨਹੀਂ ਰਾਜ਼ੀ ਹੁੰਦੇ, ਤੰਦਰੁਸਤ ਨਹੀਂ ਹੁੰਦੇ, ਉਹ ਖੁਦਾ ਦੇ ਕਰਮ ਕਰਕੇ ਦੁਆ ਨਾਲ ਠੀਕ ਠਾਕ ਹੋ ਜਾਂਦੇ ਨੇ। ਇਵੇਂ ਤੁਸੀਂ ਕੋਸ਼ਿਸ਼ ਕਰੋ, ਸਭ ਤਰ੍ਹਾਂ ਦੀ ਕੋਈ ਵੀ ਭਾਵੇਂ ਮੰਨਤ ਮਨਵਾਓ, ਕਿਵੇਂ ਵੀ ਕੁਝ ਕਾਰਨ ਕਰੋ, ਇਹ ਤੁਸੀਂ ਵੇਖਣਾ ਕਿਸੇ ਸਿਆਣੇ ਪਰਮਾਤਮਾ ਪੁਰਖਾਂ ਦੀ, ਫਕੀਰਾਂ ਦੀ, ਪੀਰਾਂ ਦੀ ਸਲਾਹ ਲਈ ਜਾਵੇ। ਕਿਉਂਕਿ ਫਕੀਰਾਂ ਦੀ ਰਸਨਾ ਅਤੇ ਜ਼ੁਬਾਨ 'ਤੇ ਐਸੀ ਤਸ਼ੀਰ ਹੁੰਦੀ ਹੈ, ਉਹਨਾਂ ਦੀ ਜ਼ੁਬਾਨ ਵਿੱਚ ਐਸੀ ਸ਼ਕਤੀ ਹੁੰਦੀ ਹੈ ਕਿ ਤੁਹਾਡਾ ਭਲਾ ਹੋ ਸਕਦਾ। ਸਾਡੀ ਇਹ ਗੁਜ਼ਾਰਿਸ਼। ਨਵਾਬ ਨੂੰ ਇਹ ਗੱਲ ਕਾਫੀ ਹੱਦ ਤੱਕ ਚੰਗੀ ਲੱਗੀ। ਨਵਾਬ ਜ਼ਾਲਮ ਖਾਨ ਨੇ ਤੁਰੰਤ ਉਸੇ ਵੇਲੇ ਸਲਾਹ ਲਈ ਅਤੇ ਕਹਿੰਦੇ ਜਗਤ ਗੁਰੂ ਬਾਬਾ ਜੀ ਤੋਂ ਵੱਡਾ ਇਸ ਵੇਲੇ ਕੋਈ ਕਾਮਲ ਮੁਰਸ਼ਦ ਨਹੀਂ, ਕਾਮਲ ਫਕੀਰ ਨਹੀਂ, ਕੋਈ ਪੀਰ ਨਹੀਂ। ਜੇ ਜਗਤ ਗੁਰੂ ਬਾਬਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬੇਨਤੀ ਕਬੂਲ ਕਰ ਲੈਣ ਤਾਂ ਹੋ ਸਕਦਾ ਵੀ ਆਪਣਾ ਬੇਟਾ ਸਹੀ ਸਲਾਮਤ ਤੰਦਰੁਸਤ ਹੋ ਸਕਦਾ। ਸਾਰਿਆਂ ਨੇ ਸਲਾਹ ਕੀਤੀ, ਜਗਤ ਗੁਰੂ ਬਾਬਾ ਜੀ ਪਾਸ ਆ ਗਏ। ਸਤਿਗੁਰੂ ਨਾਨਕ ਮਹਾਰਾਜ ਜੀ ਦੀ ਜੂਰੀ 'ਚ ਆ ਕੇ ਗੁਰਦੇਵ ਨੂੰ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਡੀ ਬੇਨਤੀ ਹੈ ਕਿ ਨਵਾਬ ਜ਼ਾਲਮ ਖਾਨ ਦਾ ਬੇਟਾ ਦਵਾ ਦੁਆਰਾ ਅੱਜ ਤੱਕ ਠੀਕ ਨਹੀਂ ਹੋ ਸਕਿਆ, ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨ ਆਇਆ, ਮੇਰੀ ਗੁਜ਼ਾਰਿਸ਼ ਹੈ। ਉਹ ਇਵੇਂ ਦੇ ਲਫ਼ਜ਼ ਕਹਿ ਕੇ ਰੋਣ ਵੀ ਲੱਗ ਪਿਆ। ਇਧਰੋਂ ਭਾਈ ਲਾਲੋ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰੂ ਪਾਤਸ਼ਾਹ ਜੀ ਰੁਕੇ ਹੋਏ ਸਨ, ਗੁਰਦੇਵ ਮਹਾਰਾਜ ਜੀ ਦੇ ਚਰਨਾਂ 'ਚ ਉਹਨੇ ਵੀ ਬੇਨਤੀ ਕਰਨੀ ਸੀ ਕਿ ਸਤਿਗੁਰੂ ਬੇਨਤੀ ਹੈ ਕਿ ਜਿਵੇਂ ਇਹ ਗੁਜ਼ਾਰਿਸ਼ ਕਰਿਆ ਵੀ ਮੇਰੇ ਪੁੱਤਰ ਲਈ ਕੋਈ ਦੁਆ ਕਰੋ, ਮੇਰਾ ਪੁੱਤਰ ਤੰਦਰੁਸਤ ਹੋ ਜਾਵੇ, ਮੇਰਾ ਪੁੱਤਰ ਸਹੀ ਸਲਾਮਤ ਹੋ ਜਾਵੇ, ਆਪ ਜੀ ਕਰੋ ਕਿਰਪਾ। ਬਸ ਮੈਂ ਆਪ ਸਭ ਲੋਕਾਂ ਨੂੰ ਤੰਦਰੁਸਤ ਕਰ ਦੇਵਾਂ, ਖੁਸ਼ੀਆਂ ਇੰਨੀਆਂ ਕੁ ਜੋ ਕੁਝ ਮੰਗੋਗੇ, ਬਸ ਇੱਕ ਵਾਰੀ ਤੰਦਰੁਸਤੀ ਹੋ ਜਾਵੇ, ਮੇਰਾ ਬੇਟਾ ਸੁੱਖ ਸ਼ਾਂਤੀ ਨਾਲ ਰਾਜੀ ਬਾਜੀ ਹੋ ਜਾਵੇ। ਮੈਂ ਸਾਧੂ ਸੰਤ ਮਹਾਂਪੁਰਖ ਜਿੰਨੇ ਵੀ ਸਾਰੇ ਧਰਮਾਂ ਮਜ਼ਹਬਾਂ ਦੇ ਸਾਰਿਆਂ ਲਈ ਬੜਾ ਕੁਝ, ਬਹੁਤ ਕੁਝ ਦੇਣ ਲਈ ਵੀ ਤਿਆਰ ਹੋ ਜੂਗਾ। ਪਰ ਇਹ ਦੁਆ ਤੁਹਾਨੂੰ ਕਰਨੀ ਹੋਵੇਗੀ। ਕਿਵੇਂ ਕੌਣ ਕਿਵੇਂ ਕਰ ਸਕਦਾ, ਸਾਰਿਆਂ ਤੱਕ ਪਹੁੰਚ ਕੀਤੀ। ਅਖੀਰ ਨੂੰ ਨਵਾਬ ਦੇ ਕਹੇ 'ਤੇ ਜਿੰਨੇ ਵੀ ਸਾਧੂ ਫਕੀਰ ਸੰਤ ਹੋਰ ਪਕੜੇ ਹੋਏ ਸੀ, ਉਹ ਸਾਰੇ ਦੇ ਸਾਰੇ ਵੇਖ ਕੇ ਵੀ ਗੁਰੂ ਬਾਬਾ ਜੀ ਨੂੰ ਵੀ ਇਹਨੇ ਉਹੀ ਹਾਲੋਂ ਬਿਆਲ, ਸਤਿਗੁਰਾਂ ਨਾਲ ਵੀ ਦੁਰਵਿਹਾਰ ਕਰਨਾ, ਸਾਰਿਆਂ ਨੂੰ ਕੈਦ ਖਾਨੇ 'ਚ ਡੱਕ ਦੇਣਾ ਜਿਹਦਾ ਬੱਚਾ ਤੰਦਰੁਸਤ ਨਾ ਹੋਵੇ, ਹੋਰ ਬਹੁਤਿਆਂ ਦੀ ਹਾਲਤ। ਸਾਧੂ ਸੰਤ ਫਕੀਰ ਰੋਣ ਲੱਗ ਪਏ। ਭਾਈ ਲਾਲੋ ਜੀ ਵੀ ਇਸ ਗੱਲੋਂ ਬੜੇ ਹੈਰਾਨ ਹੋਏ ਵੀ ਸਤਿਗੁਰਾਂ ਨੂੰ ਵੀ ਇਹਨੇ ਨਹੀਂ ਬਖਸ਼ਣਾ, ਇਹ ਸੱਚ ਹੈ। ਮਹਾਰਾਜ ਜੀ ਆਓ ਕਰੋ ਕਿਰਪਾ, ਮੇਰੇ ਪੁੱਤਰ ਲਈ ਦੁਆ, ਮੇਰੇ ਪੁੱਤਰ ਲਈ ਕਿਵੇਂ ਵੀ ਕੋਈ ਅਰਦਾਸ ਕਰੋ, ਕੋਈ ਇਬਾਦਤ ਕਰੋ, ਕੋਈ ਬੰਦਗੀ ਕਰੋ। ਤਾਂ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੂੰ ਇਵੇਂ ਦੀਆਂ ਵਿਚਾਰਾਂ ਤੋਂ ਕੋਈ ਬਹੁਤਾ ਮਨ 'ਤੇ ਦੁਸ਼ਪ੍ਰਭਾਵ ਨਹੀਂ ਸੀ ਪੈਂਦਾ, ਅੰਤਰਜਮੀ ਸਨ। ਪਾਤਸ਼ਾਹ ਜੀ ਨੂੰ ਪਤਾ ਸੀ ਕਿ ਸੰਸਾਰ ਦੇ ਭਲੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਸੰਸਾਰ 'ਤੇ ਪ੍ਰਗਟ ਕੀਤਾ। ਅਸੀਂ ਮਾੜੇ ਦਾ ਵੀ, ਹਰ ਪਾਪੀ ਬੰਦੇ ਦਾ ਵੀ ਬੁਰਾ ਨਹੀਂ ਜੇ ਕਰਨਾ, ਸਭ ਦਾ ਭਲਾ ਕਰਨਾ ਹੈ। ਸਰਬੱਤ ਦੇ ਭਲੇ ਲਈ ਸਾਡਾ ਪ੍ਰਗਟ ਹੋਣਾ ਹੋਇਆ ਹੈ, ਅੰਤਰਜਾਮੀ ਸਤਿਗੁਰਾਂ ਨੇ ਸੋਚ ਕੇ। ਔਰ ਇਹ ਨਵਾਬ ਨੂੰ ਕਿਹਾ ਕਿ ਨਵਾਬ ਜੀ ਤੁਸੀਂ ਹੋ ਸਕਦਾ ਸਾਰੇ ਸਾਧੂ ਸੰਤਾਂ ਨੂੰ, ਜਿੰਨੇ ਮਹਾਤਮਾ ਲੋਕ ਨੇ, ਸਭ ਨੂੰ ਪਖੰਡੀ ਸਮਝਦੇ ਹੋਵੋਗੇ, ਤਾਂ ਇਉਂ ਕਰੋ, ਅੱਲਾਹ ਦੀ ਦਰਗਾਹ ਵਿੱਚ ਜ਼ੋਰ ਜ਼ਬਰ ਦੀ ਦੁਆ ਕਬੂਲ ਨਹੀਂ ਹੁੰਦੀ। ਉਹ ਗੱਲ ਨਵਾਬ ਕਹਿੰਦਾ, ਸਤਿਗੁਰੂ ਮੈਂ ਗੱਲ ਨਹੀਂ ਸਮਝਿਆ ਆਪ ਜੀ ਕੀ ਕਹਿਣਾ ਚਾਹੁੰਦੇ। ਮਹਾਰਾਜ ਕਹਿੰਦੇ, ਤੂੰ ਧਿੰਗੋ ਜੋਰੀ ਸਾਰਿਆਂ ਨੂੰ ਕੈਦ ਖਾਨੇ ਵਿੱਚ ਡੱਕੀ ਜਾਂਦਾ, ਭਾਵੇਂ ਅਸੀਂ ਤੇਰੇ ਕੈਦ ਤੋਂ, ਜੇਲ੍ਹ ਤੋਂ ਡਰਨ ਵਾਲੇ ਨਹੀਂ ਹਾਂ, ਪਰ ਜਿਹੜਾ ਤੇਰਾ ਤਰੀਕਾ ਵੀ ਧਿੰਗੋ ਜੋਰੀ ਜ਼ੋਰੋ ਜੋਰੀ ਤੂੰ ਕਿਵੇਂ ਦੁਆ ਕਰਵਾਵੇਂਗਾ, ਕਿਸੇ ਦੇ ਹਿਰਦੇ 'ਚੋਂ ਇਵੇਂ ਦੀ ਦੁਆ ਨਹੀਂ ਪ੍ਰਗਟ ਹੁੰਦੀ ਜਿਹੜਾ ਤਰੀਕਾ ਤੇਰਾ। ਮਹਾਰਾਜ ਜੀ ਦੇ ਇੰਨੇ ਬਚਨ ਸੁਣ ਕੇ ਉਹਨੂੰ ਗੱਲ ਸਮਝ ਲੱਗੀ, ਕਿਉਂਕਿ ਸਤਿਗੁਰੂ ਕਹਿ ਰਹੇ ਜਿਹੜੀ ਪ੍ਰੇਮਾ ਭਗਤੀ ਆ, ਭਾਵਨਾ ਵਾਲੀ, ਸੱਚੇ ਦਿਲੋਂ ਪੁਕਾਰ ਸੁਣੀ ਜਾਂਦੀ ਹੈ, ਜ਼ੋਰੋ ਜ਼ੋਰੀ ਵਾਲੀ ਕਦੇ ਅਰਦਾਸ ਅੱਲਾਹ ਤਾਲਾ ਦੀ ਦਰਗਾਹ 'ਚ ਨਹੀਂ ਕਬੂਲ ਹੋ ਸਕਦੀ। ਤੁਹਾਡਾ ਇਸ ਲਈ ਤੁਹਾਡਾ ਪੁੱਤਰ ਠੀਕ ਨੇ ਜੀ ਹੋ ਸਕਣਾ। ਗੁਰੂ ਬਾਬਾ ਜੀ ਨੇ ਜਦੋਂ ਤੋੜ ਕੇ ਜਵਾਬ ਦਿੱਤਾ, ਇਹ ਨਵਾਬ ਨੂੰ ਗੱਲ ਤੁਰੰਤ ਸਮਝ ਆਈ। ਉਹਨੇ ਉਸੇ ਵੇਲੇ ਆਪਣੇ ਅਧਿਕਾਰੀ ਕਰਮਚਾਰੀਆਂ ਨੂੰ ਹੁਕਮ ਕੀਤਾ ਵੀ ਜਿੰਨੇ ਵੀ ਸਾਧੂ ਸੰਤ ਮਹਾਂਪੁਰਸ਼ ਨੇ, ਇਹਨਾਂ ਸਾਰਿਆਂ ਨੂੰ ਕੈਦ ਖਾਨੇ ਵਿੱਚੋਂ ਰਿਹਾ ਕੀਤਾ ਜਾਵੇ। ਜਗਤ ਗੁਰੂ ਬਾਬਾ ਜੀ ਦਾ ਸੁਭਾਅ ਸੀ, ਜਿਵੇਂ ਪਾਤਸ਼ਾਹ ਨੇ ਹਮੇਸ਼ਾ ਹੀ
ਪਰਉਪਕਾਰੀ ਕਰਨਾ ਹੁੰਦਾ ਸੀ, ਸਾਰੇ ਹੱਥ ਜੋੜੀ ਮਾਫ਼ੀ ਮੰਗੀ ਪਾਤਸ਼ਾਹ ਜੀ ਦੇ ਚਰਨਾਂ 'ਤੇ ਟਿਆ, ਪਾਤਸ਼ਾਹ ਜੀ ਮੇਰੀ ਅਰਦਾਸ ਹੈ, ਬਹੁਤ ਵੱਡੀ ਕੁਤਾਹੀ ਨਹੀਂ, ਮੈਂ ਬੜਾ ਵੱਡਾ ਗੁਨਾਹ ਕੀਤਾ, ਕਰੋ ਕਿਰਪਾ। ਫਿਰ ਤਦ ਜਾ ਕੇ ਭਾਈ ਲਾਲੋ ਜੀ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਸੇਵਕ ਨੂੰ ਕਿਹਾ ਕਿ ਆਪਣੇ ਘਰ ਤੋਂ ਇੱਕ ਕੰਮ ਕਰ। ਆ ਦੇਖੋ ਸਤਿਗੁਰਾਂ ਦੇ ਕਿੰਨੇ ਮਹਾਨ ਪਰਉਪਕਾਰ ਨੇ, ਭਾਈ ਲਾਲੋ ਜੀ ਆਪਣੇ ਘਰ ਜਾਓ, ਘਰ ਤੋਂ ਜਿਹੜਾ ਤੁਹਾਡੇ ਘਰ ਕਿੰਨਾ ਵੀ ਤੁਹਾਡੀ ਸੱਚੀ ਸੁੱਚੀ ਕਿਰਤ ਕਮਾਈ ਦਾ ਟੁਕੜਾ ਪ੍ਰਸ਼ਾਦੇ ਦਾ ਬਚਿਆ ਹੋਇਆ ਉਹ ਟੁੱਕੜ ਲੈ ਕੇ ਆਓ। ਭਾਈ ਲਾਲੋ ਜੀ ਘਰ ਗਏ, ਜਾ ਕੇ ਰੁੱਖੀ ਮਿੱਸੀ ਦਾ ਜਿੰਨਾ ਕੁ ਟੁਕੜਾ ਪਿਆ ਸੀ ਉਹ ਲੈ ਕੇ ਸਤਿਗੁਰਾਂ ਦੀ ਜੂਰੀ 'ਚ ਹਾਜ਼ਰ ਹੋਏ। ਗੁਰਦੇਵ ਮਹਾਰਾਜ ਕਹਿੰਦੇ ਲੈ ਨਵਾਬ ਤੂੰ ਆਪਣੇ ਪੁੱਤਰ ਨੂੰ ਇਹ ਟੁੱਕੜ ਖਵਾ, ਇਹ ਐਸਾ ਅੰਮ੍ਰਿਤਮਈ ਪਕਵਾਨ ਹੈ, ਇਹਨੂੰ ਖੁਸ਼ਕ ਰੁੱਖਾ ਮਿੱਸਾ ਨਾ ਜੇ ਜਾਣੀ, ਇਹਦੇ ਵਿੱਚ ਭਾਈ ਲਾਲੋ ਦੀ ਸੱਚੀ ਸੁੱਚੀ ਕਿਰਤ ਦਾ ਅੰਮ੍ਰਿਤ ਵਰਗਾ ਇਹਦਾ ਆਨੰਦ ਹੈ, ਤੇਰਾ ਲੜਕਾ ਤੰਦਰੁਸਤ ਹੋ ਜੂਗਾ, ਜਿਹੜਾ ਹੁਣ ਕਿਸੇ ਵੀ ਦਵਾ ਦੁਆ ਨਾਲ ਨਹੀਂ ਤੰਦਰੁਸਤ ਹੋ ਸਕਿਆ। ਭਾਈ ਲਾਲੋ ਦੇ ਘਰ ਦੇ ਖੁਸ਼ਕ ਪ੍ਰਸ਼ਾਦੇ ਦੇ ਇੱਕ ਟੁਕੜੇ ਨੂੰ ਖਾਂਦਿਆਂ ਹੀ ਤੇਰਾ ਬੇਟਾ ਨੌ ਵਰਨਾ ਹੋ ਜਾਣਾ। ਇਹ ਸਤਿਗੁਰੂ ਬਾਬਾ ਜੀ ਦੇ ਐਸੇ ਮਹਾਨ ਪਰਉਪਕਾਰ ਵਾਲੇ ਮਹਾਨ ਕਾਰਜ ਹਨ ਜਿਨ੍ਹਾਂ ਨੂੰ ਹਜ਼ੂਰ ਮਹਾਰਾਜ ਜੀ ਨੇ ਸੰਸਾਰ ਲਈ ਕਿੰਨੇ ਕੁ ਵੱਡੇ ਮਾਨ ਫਲਸਫੇ ਬਖਸ਼ ਦਿੱਤੇ, ਕਿੰਨੇ ਕੁ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਤੋਰਿਆ। ਉਹ ਲੜਕਾ ਟੁਕੜਾ ਛਕਦਿਆਂ ਹੀ ਤੰਦਰੁਸਤ ਹੋਇਆ, ਨੌ ਵਰਨਾ ਹੋਇਆ, ਜਿੱਥੇ ਨਵਾਬ ਨੇ ਅਗਾਉਂ ਆਉਣ ਵਾਲੇ ਸਮੇਂ 'ਚ ਕਿਸੇ ਕਿਸਮ ਦਾ ਪਾਪ ਗੁਨਾਹ ਕਰਨ ਦਾ ਵਾਅਦਾ ਕੀਤਾ ਸਤਿਗੁਰਾਂ ਦੇ ਚਰਨਾਂ 'ਚ ਹੱਥ ਜੋੜ ਨਤਮਸਤ ਹੁੰਦੇ, ਸਤਿਗੁਰੂ ਅਸੀਂ ਅਲਪੱਗ ਜੀਵ ਹਾਂ, ਸਾਨੂੰ ਨਹੀਂ ਪਤਾ, ਅਸੀਂ ਆਪਣੇ ਧਰਮਾਂ ਵਜਮਾਂ ਦੇ ਸ਼ਰਾ ਸ਼ਰਈਏ ਦੇ ਅਪਮਾਨ ਅਤੇ ਹੰਕਾਰ ਵਿੱਚ ਤੁਰੇ ਹੋਈ ਐਸੇ ਪਾਪ ਕਰਮ ਕਰੀ ਜਾ ਰਹੇ ਸੀ, ਸੋ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਸਾਨੂੰ ਅਕਲ ਆਈ ਹੈ, ਸਾਨੂੰ ਗਿਆਨ ਹੋਇਆ ਕਿ ਅਗਾਉਂ ਅਸੀਂ ਇਹੋ ਜਿਹਾ ਕੋਈ ਗੁਨਾਹ ਪਾਪ ਨਾ ਕਰੀਏ, ਇੱਕ ਨੇਕ ਨਾਮੀ ਵਾਲਾ ਕਰਮ ਕਰਕੇ ਜਾਈਏ ਜਿਸ ਦੁਆਰਾ ਜਿੱਥੇ ਹੋਰ ਲੋਕਾਂ ਦਾ ਭਲਾ ਹੋਵੇ ਉੱਥੇ ਸਾਡਾ ਵੀ ਭਲਾ ਹੋਵੇ। ਗੁਰੂ ਬਾਬਾ ਜੀ ਦੇ ਨਾਲ ਪਾਵਨ ਬਚਨਾਂ ਦੁਆਰਾ ਸਤਿਗੁਰਾਂ ਦੇ ਬਖਸ਼ੇ ਹੋਏ ਗੁਰਦੇਵ ਜੀ ਦੇ ਹਰ ਇੱਕ ਹੁਕਮ ਨੂੰ ਜਿੱਥੇ ਸੈਂਕੜੇ ਹਜ਼ਾਰਾਂ ਲੋਕਾਂ ਨੇ ਬੜੀ ਅੱਖੀਂ ਦ੍ਰਿਸ਼ ਵੇਖਿਆ ਉੱਥੇ ਪਾਤਸ਼ਾਹ ਜੀ ਨੇ ਸਾਰਿਆਂ 'ਤੇ ਕਿਰਪਾ ਕੀਤੀ। ਐਸੇ ਹਨ ਦਇਆ ਦੇ ਸਾਗਰ, ਕਿਰਪਾ ਤੇ ਕਰ ਜਗਤ ਗੁਰੂ ਬਾਬਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਤਿਗੁਰਾਂ ਦੇ ਪਾਵਨ ਜੀਵਨ ਵਿੱਚ ਕੁਝ ਅਹਿਮ ਘਟਨਾਵਾਂ ਹੋਈਆਂ, ਕੁਝ ਅਹਿਮ ਉਪਦੇਸ਼ ਅਤੇ ਸਿੱਖਿਆ ਦੇਣ ਵਾਲੇ ਐਸੇ ਪ੍ਰਸੰਗ ਹਨ ਜੋ ਇਤਿਹਾਸਕਾਰਾਂ ਨੇ, ਕਥਾਕਾਰਾਂ ਨੇ, ਸਾਖੀਕਾਰਾਂ ਨੇ ਲਿਖੇ ਹਨ, ਜੋ ਪ੍ਰਚਲਿਤ ਨੇ, ਉਹਨਾਂ ਦੀ ਵਿਚਾਰ ਆਪਾਂ ਸਾਂਝੀ ਕਰ ਰਹੇ ਹਾਂ। ਇਵੇਂ ਹੀ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗੋਰਖਮੱਤਾ ਦੇ ਇਲਾਕੇ ਵੱਲ ਗਏ, ਇਹ ਸਾਰਿਆਂ 'ਚ ਪ੍ਰਸਿੱਧ ਕਥਾਵਾਂ ਨੇ, ਪੀਲੀਭੀਤ ਦੇ ਇਲਾਕੇ 'ਚ ਪਿੱਛੇ ਆਪਾਂ ਜਾਣਿਆ, ਆਪਾਂ ਪੜ੍ਹਿਆ ਕਿ ਸਤਿਗੁਰੂ ਮਹਾਰਾਜ ਜੀ ਨੇ ਇਸ ਇਲਾਕੇ ਵਿੱਚ ਗੋਰਖਨਾਥ ਦੇ ਚੇਲਿਆਂ 'ਤੇ ਕਿੰਨੀ ਵੱਡੀ ਕਿਰਪਾ ਕੀਤੀ। ਜਿਹੜੇ ਗੋਰਖ ਮੱਤ 'ਤੇ ਚੱਲਣ ਵਾਲੇ ਯੋਗ ਮੱਤ ਦੇ ਧਾਰਨੀ ਸਨ ਉਹ ਸਾਰੇ ਦੇ ਸਾਰੇ ਗੁਰੂ ਬਾਬਾ ਜੀ ਤੋਂ ਭਾਵੇਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਨੇ ਸਤਿਗੁਰੂ ਨਾਨਕ ਮਹਾਰਾਜ ਜੀ ਦੇ ਸੰਗ ਕਰਕੇ, ਬਚਨ ਸੁਣ ਕੇ, ਜਿੱਥੇ ਇੱਕ ਸੁੱਕਾ ਪਿੱਪਲ ਜਿੱਥੇ ਗੁਰੂ ਬਾਬਾ ਜੀ ਨੇ ਜਾ ਕੇ ਡੇਰਾ ਲਾਇਆ ਸੀ, ਇਹ ਸਾਰੇ ਆਪਾਂ ਇਤਿਹਾਸ ਵਿੱਚ ਪੜ੍ਹੇ ਸੁਣੇ ਵਿਚਾਰੇ ਹੋਏ ਪ੍ਰਸੰਗ ਹਨ। ਫਿਰ ਵੀ ਕੁਝ ਵਿਸ਼ੇਸ਼ ਜਾਣਕਾਰੀ ਲਈ ਸਤਿਗੁਰਾਂ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਸਮਝਣ ਜਾਣਨ ਵਾਸਤੇ ਆਪਾਂ ਅਕਸਰ ਵਿਚਾਰਦੇ ਹਾਂ। ਭਾਈ ਮਰਦਾਨਾ ਜੀ ਉਸ ਪਿੱਪਲ ਹੇਠਾਂ ਬੈਠ ਕੇ ਹਜ਼ੂਰ ਦਾ ਹੁਕਮ ਮੰਨ ਕੇ ਕੀਰਤਨ ਕਰਨ ਲੱਗ ਪਏ। ਕੀਰਤਨ ਹੋਇਆ, ਜਿਹੜਾ ਵੀ ਆਵੇ ਜਾਵੇ ਯਾਤਰੂ ਦੇ ਕੀਰਤਨ ਸੁਣ ਕੇ ਭਾਈ ਮਰਦਾਨਾ ਜੀ ਦੀ ਮੁਬਾਰਕ ਰਸਨਾ ਦੇ ਸੁਰੀਲੇ ਬੋਲ, ਰਬਾਬ ਦੀਆਂ ਧੁਨਾਂ ਸੁਣ ਕੇ ਬੈਠ ਕੇ ਸੰਗਤ ਕਰਕੇ ਮੱਲੋ ਮੱਲੀ ਨਾ ਚਾਹੁੰਦੇ ਹੋਏ ਵੀ ਜਿਨ੍ਹਾਂ ਕੋਲ ਵਕਤ ਨਹੀਂ ਸੀ ਹੁੰਦਾ ਉਹ ਵੀ ਭਾਈ ਮਰਦਾਨਾ ਜੀ ਦਾ ਕੀਰਤਨ ਸੁਣ ਕੇ ਨਿਹਾਲ ਨਿਹਾਲ ਹੁੰਦੇ। ਜਗਤ ਗੁਰੂ ਬਾਬਾ ਜੀ ਨੇ ਕਿਉਂਕਿ ਗ੍ਰਸਤੀ ਜੀਵਨ ਜਿਉਂ ਕੇ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਆਪਣੇ ਜੀਵਨ ਦੇ
ਇਸ ਸਿਧਾਂਤ ਦੀ ਪਾਲਣਾ ਕਰਨ ਵਾਸਤੇ ਸਤਿਗੁਰੂ ਬਾਬਾ ਜੀ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਜਪਣ ਦਾ, ਪਰਮਾਤਮਾ ਦੀ ਭਗਤੀ ਕਰਨ ਦਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨ ਦਾ ਜਦੋਂ ਇਹ ਉਪਦੇਸ਼ ਸਾਰੇ ਲੋਕਾਂ ਨੂੰ ਬਖਸ਼ ਰਹੇ ਸੀ ਤਾਂ ਇਹ ਜਿਹੜੇ ਜੋਗੀ ਨਾਥ ਉਸ ਵਕਤ ਦੇ ਆਪਣੇ ਆਪ ਨੂੰ ਬੜੇ ਵੱਡੇ ਧਰਮਾਤਮਾ ਕਹਾਉਣ ਵਾਲੇ ਸਨ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗ ਰਹੀ ਵੀ ਗ੍ਰਿਸਤੀ ਬੰਦਿਆਂ ਨੂੰ ਪਰਮਾਤਮਾ ਦੀ ਭਗਤੀ ਦ੍ਰਿੜ ਕਿਉਂ ਕਰਵਾਈ ਜਾ ਰਹੀ ਹੈ, ਇਹ ਪਰਮਾਤਮਾ ਦੀ ਬੰਦਗੀ ਕਿਉਂ ਕਰਨ ਲੱਗ ਜਾਣਗੇ। ਉਹਨਾਂ ਨੇ ਇਸ ਗੱਲ 'ਤੇ ਪੂਰਾ ਹੀ ਇਤਰਾਜ਼ ਕੀਤਾ। ਸਤਿਗੁਰਾਂ ਦਾ ਕਹਿਤਾ ਵੀ ਪਰਮਾਤਮਾ ਨੂੰ ਮਿਲਣ ਲਈ ਕੋਈ ਵੀ ਪੁੱਠੇ ਲਟਕਣ ਦੀ ਲੋੜ ਨਹੀਂ, ਹੱਠ ਤਪ ਕਸ਼ਟ ਯੋਗ ਕਰਨ ਦੀ ਲੋੜ ਨਹੀਂ, ਸਹਿਜ ਤਰੀਕੇ ਨਾਲ ਸਾਰਾ ਕੁਝ ਸਮਝਾਇਆ। ਲੋਕ ਖੁਸ਼ ਹੋ ਗਏ, ਇਲਾਕੇ ਦੇ ਲੋਕ ਬੜੀ ਭਾਰੀ ਗਿਣਤੀ 'ਚ ਰੋਜ਼ ਆਉਣ ਜਾਣ ਲੱਗ ਪਏ, ਇੰਨੀ ਸੰਗਤ ਆਵੇ, ਇਹਨਾਂ ਨੂੰ ਪਰੇਸ਼ਾਨੀ ਹੋਈ ਜੋ ਬਾਬਾ ਅਕਾਲ ਰੂਪ ਦੋ ਜਾਰ ਬਾਬਾ ਅਕਾਲ।